ਸਾਸਰੀ ਕਾਲ ਜੀ ਜਗਜੀਤ ਇੱਕ ਕਾਗਜ਼ ਦਾ ਟੁਕੜਾ ਲੈ ਕੇ ਖੇਤ ਆਇਆ ਪਹਿਲਾਂ ਉਸਨੇ ਉਸ ਕਾਗਜ਼ ਦੇ ਟੁਕੜਿਆਂ ਦੀਆਂ ਤਾਹਾਂ ਖੋਲੀਆਂ ਫਿਰ ਉਸ ਨੂੰ ਪੜਨ ਪਿੱਛੋਂ ਚੁੰਮਿਆ ਤੇ ਸੀਨੇ ਨਾਲ ਲਾ ਕੇ ਤਾਹਾਂ ਮਾਰ ਕੇ ਰੋਂਦਾ ਹੋਇਆ ਬੋਲਿਆ ਮਾਫ ਕਰ ਦੋ ਬਾਪੂ ਜੀ ਮੈਂ ਤੁਹਾਡਾ ਉਹ ਨਲਾਇਕ ਪੁੱਤ ਹਾਂ ਜੋ ਤੁਹਾਡਾ ਦੇਨ ਨਹੀਂ ਮੋੜ ਸਕਿਆ ਬਾਪੂ ਜੀ ਮੈਨੂੰ ਮਾਫ ਕਰ ਦਿਓ ਆ ਆਂਬ ਦਾ ਦਰਖਤ ਜਿਸ ਦੀ ਛਾਵੇਂ ਅੱਜ ਮੈਂ ਬੈਠਾ ਹਾਂ ਮੈਨੂੰ ਯਾਦ ਹੈ ਤੁਸੀਂ ਉਦੋਂ ਲਾਇਆ ਸੀ ਜਦੋਂ ਮੈਂ ਛੋਟਾ ਜਿਹਾ ਸੀ ਜਦੋਂ ਮੈਂ ਤੁਹਾਨੂੰ ਪੁੱਛਿਆ ਸੀ ਬਾਪੂ ਜੀ ਤੁਸੀਂ ਕੀ ਕਰਦੇ ਹੋ ਤਾਂ ਤੁਸੀਂ ਕਿਹਾ ਸੀ ਪੁੱਤ ਆਂਬ ਦਾ ਬੂਟਾ ਲਾ ਰਿਹਾ ਹਾਂ ਇਸ ਨੂੰ ਕੁਝ ਸਾਲਾਂ ਬਾਅਦ ਆਂਬ ਲੱਗਿਆ ਕਰਨਗੇ ਫੇਰ ਮੇਰਾ ਪੁੱਤ ਰੱਜ ਕੇ ਆਂਬ ਚੁੱਪਿਆ ਕਰੂ ਮਿੱਠੇ ਮਿੱਠੇ ਆਂਬ ਤੈਨੂੰ ਬਹੁਤ ਸਵਾਦ ਲੱਗਦੇ ਨੇ ਅੰਬ ਤਾਂ ਹੀ ਤਾਂ ਮੈਂ ਸ਼ਹਿਰ ਜਾ ਕੇ ਆਹਾ ਸੰਧੂਰੀ ਅੰਬ ਦਾ ਬੂਟਾ ਲੈ ਕੇ ਆਇਆ ਹਾਂ ਉਦੋਂ ਮੈਂ ਛੋਟਾ ਸੀ ਕੋਈ ਬਹੁਤੀ ਸਮਝ ਨਹੀਂ ਸੀ ਮੈਂ ਬਾਪੂ ਜੀ ਨੂੰ ਪੁੱਛ ਬੈਠਿਆ ਸੀ ਬਾਪੂ ਜੀ ਇਸ ਨੂੰ ਸੱਚੀ ਅੰਭ ਲੱਗਿਆ ਕਰਨਗੇ ਸ਼ਾਇਦ ਮੇਰੀ ਗੱਲ ਬਾਪੂ ਜੀ ਨੂੰ ਚੰਗੀ ਨਹੀਂ ਸੀ ਲੱਗੀ ਪਰ ਉਹਨਾਂ ਨੇ ਆਪਣੇ ਗੁੱਸੇ ਤੇ ਕਾਬੂ ਰੱਖਦਿਆਂ ਮੈਨੂੰ ਗੋਦੀ ਚੁੱਕ ਲਿਆ ਸੀ ਤੇ ਕਿਹਾ ਸੀ ਦੇਖ ਬਰਖੁਦਾਰ ਯਾਦ ਰੱਖਣਾ ਕਦੇ ਆਪਣੇ ਪਿਓ ਦੀ ਕਹੀ ਗੱਲ ਤੇ ਸ਼ੱਕ ਨਹੀਂ ਕਰਨਾ ਬਾਪ ਆਪਣੀ ਔਲਾਦ ਨਾਲ ਕਦੇ ਝੂਠਾ ਨਹੀਂ ਬੋਲਦਾ ਉਹ ਜੋ ਵੀ ਕਹਿੰਦਾ ਸੱਚ ਕਹਿੰਦਾ ਤੈਨੂੰ ਕਿਹਾ ਇਸ ਨੂੰ ਅੰਬ ਲੱਗਣਗੇ ਤਾਂ ਇਸ ਨੂੰ 16 ਆਨੇ ਅੰਬ ਹੀ ਲੱਗਣਗੇ ਇਹ ਅੰਬ ਤੂੰ ਤਾਂ ਕੀ ਤੇਰੀ ਤੇਰੀ ਔਲਾਦ ਦੀ ਔਲਾਦ ਵੀ ਚੁੱਪਿਆ ਕਰੋ ਕੱਲ ਨੂੰ ਜੇ ਮੈਂ ਨਾ ਵੀ ਰਿਹਾ ਤਾਂ ਵੀ ਇਹ ਤੈਨੂੰ ਤੇਰੇ ਬਾਪੂ ਜੀ ਦੀ ਯਾਦ ਦਿਵਾਉਂਦਾ ਰਹੇਗਾ ਬਾਪੂ ਜੀ ਦੀ ਇਹ ਗੱਲ ਸੁਣ ਕੇ ਮੈਂ ਪਰੇਸ਼ਾਨ ਹੋ ਗਿਆ ਸੀ ਕਿ ਬਾਪੂ ਜੀ ਇਹ ਕੀ ਕਹਿ ਰਹੇ ਨੇ ਕੱਲ ਨੂੰ ਬਾਪੂ ਜੀ ਕਿੱਥੇ ਜਾਣ ਵਾਲੇ ਨੇ ਪਰ ਮੈਂ ਡਰਦਾ ਉਲਟਾ ਕੇ ਪੁੱਛ ਨਾ ਸਕਿਆ ਹੁਣੇ ਝਿੜਕਾਂ ਪੈ ਕੇ ਹਟੀਆਂ ਹਸਨ ਮੈਂ ਬਾਪੂ ਜੀ ਦੀ ਗੱਲ ਸੁਣ ਕੇ ਡਰ ਗਿਆ ਸੀ ਮੈਂ ਘਰ ਨੂੰ ਆਉਂਦਾ ਗੱਡੇ ਵਿੱਚ ਬੈਠਾ ਪੂਰੇ ਰਾਹ ਸੋਚਦਾ ਆਇਆ ਸੀ ਜਦੋਂ ਘਰ ਪਹੁੰਚਿਆ ਸੀ ਤਾਂ ਮਾਂ ਓਟੇ ਵਿੱਚ ਬੈਠੀ ਰੋਟੀਆਂ ਬਣਾ ਰਹੀ ਸੀ ਮੈਂ ਪੀੜੀ ਲੈ ਕੇ ਕੋਲ ਬੈਠ ਗਿਆ ਸੀ ਤੇ ਮਾਂ ਕੋਲੋਂ ਪੁੱਛਿਆ ਸੀ ਆ ਬਾਪੂ ਕੀ ਕਹਿੰਦੇ ਨੇ ਜੇ ਮੈਂ ਕੱਲ ਨੂੰ ਨਾ ਰਿਹਾ ਕੀ ਮਤਲਬ ਹੈ ਇਸ ਦਾ ਤਮਾਨ ਨੇ ਸਮਝਾਇਆ ਸੀ ਕਿ ਦੁਨੀਆ ਤੇ ਹਰ ਚੀਜ਼ ਦੀ ਮਿਆਦ ਹੁੰਦੀ ਹੈ ਜਦੋਂ ਉਹ ਖਤਮ ਹੋ ਜਾਂਦੀ ਹੈ ਤਾਂ ਸਭ ਨੂੰ ਵਾਪਸ ਰੱਬ ਦੇ ਘਰ ਜਾਣਾ ਪੈਂਦਾ ਤਾਂ ਮੈਂ ਉੱਠ ਕੇ ਮਾਂ ਨਾਲ ਲਿਪਟ ਕੇ ਰੋਂਦਾ ਹੋਇਆ ਬੋਲਿਆ ਸੀ ਮਾਂ ਮੈਨੂੰ ਨਹੀਂ ਪਤਾ ਮਿਆਦ ਦਾ ਮੈਂ ਤੈਨੂੰ ਕਿਤੇ ਨਹੀਂ ਜਾਣ ਦੇਣਾ ਮੈਂ ਤੁਹਾਨੂੰ ਸਦਾ ਸਦਾ ਲਈ ਆਪਣੇ ਕੋਲ ਹੀ ਰੱਖੂੰ ਹਾਂ ਕਿਤੇ ਨਹੀਂ ਜਾਣ ਦੇਣਾ ਆਪਣੇ ਕੋਲ ਹੀ ਰੱਖੂੰ ਮੇਰੀ ਰੋਂਦੇ ਦੀ ਆਵਾਜ਼ ਸੁਣ ਕੇ ਬਾਪੂ ਜੀ ਨੇ ਆ ਕੇ ਪੁੱਛਿਆ ਸੀ ਕੀ ਹੋ ਗਿਆ ਜਗਜੀਤ ਦੀ ਮਾਂ ਆਹ ਜਗਜੀਤ ਕਿਉਂ ਰੋ ਰਿਹਾ ਤਾਂ ਮਾਂ ਨੇ ਮੇਰੀਆਂ ਅੱਖਾਂ ਪੂੰਝਦੀ ਬੋਲੀ ਸੀ ਤੁਸੀਂ ਵੀ ਕਾਲੀ ਕਰ ਜਾਂਦੇ ਹੋ ਗੱਲ ਕਰਨ ਲੱਗੇ ਭੋਰਾ ਜਿਹੇ ਤਿੱਲ ਪਰ ਜਵਾਕ ਕੋਲ ਵੀ ਕਿਤੇ ਮਰਨ ਪਰਖਣ ਦੀਆਂ ਗੱਲਾਂ ਕਰੀਦੀਆਂ ਮਲੁਕੜੀ ਜਹੀ ਜਾਣ ਹੈ ਡਰਾ ਛੱਡੀ ਹੈ ਤੁਸੀਂ ਤਾਂ ਬਾਪੂ ਜੀ ਨੇ ਮੈਨੂੰ ਗੋਦੀ ਚੁੱਕ ਕੇ ਗੱਲ ਨਾਲ ਲਾ ਕੇ ਘੁੱਟ ਕੇ ਗੱਲ ਵਕੜੀ ਪਾਉਂਦਿਆ ਕਿਹਾ ਸੀ ਹੈ ਸੌਰੀ ਦਾ ਕਮਲਾ ਉਹ ਤਾਂ ਮੈਂ ਝੂਠ ਬੋਲ ਰਿਹਾ ਸੀ ਅਜੇ ਤਾਂ ਮੈਂ ਆਪਣੇ ਪੁੱਤ ਨੂੰ ਪੜਾਉਣਾ ਫੇਰ ਉਸ ਦਾ ਵਿਆਹ ਕਰਨਾ ਫੇਰ ਆਪਣੇ ਪੋਤੇ ਪੋਤੀਆਂ ਨਾਲ ਖੇਡਣਾ ਬਾਪੂ ਜੀ ਆਪਣੀ ਗੱਲ ਬੋਲ ਰੈਸੀ ਪਰ ਮੈਂ ਉਹਨਾਂ ਦੀ ਗੋਦੀ ਚੜ੍ਹਿਆ ਸੋਚ ਰਿਹਾ ਸੀ ਪਹਿਲਾਂ ਤਾਂ ਕਹਿੰਦੇ ਸੀ ਬਾਪ ਆਪਣੀ ਔਲਾਦ ਨਾਲ ਕਦੇ ਝੂਠ ਨਹੀਂ ਬੋਲਦਾ ਹੁਣ ਆਪੇ ਕਹੀ ਜਾਂਦੇ ਨੇ ਮੈਂ ਝੂਠ ਬੋਲ ਰਿਹਾ ਸੀ ਜਗਜੀਤ ਫੇਰ ਉਹੀ ਕਾਗਜ਼ ਦਾ ਟੁਕੜਾ ਕੱਢ ਕੇ ਬੋਲਿਆ ਬਾਪੂ ਜੀ ਹੁਣ ਇਹ ਸੱਚ ਹੈ ਕਿ ਝੂਠ ਹੈ ਜਦੋਂ ਤੋਂ ਜਗਜੀਤ ਦੇ ਬਾਪੂ ਜੀ ਨੂੰ ਅਧਰੰਗ ਹੋਇਆ ਹੈ ਉਹਨਾਂ ਦੇ ਸਰੀਰ ਦਾ ਖੱਬਾ ਪਾਸਾ ਖੜ ਗਿਆ ਹੈ ਉਹਨਾਂ ਦਾ ਬੋਲਿਆ ਹੋਇਆ ਵੀ ਕਿਸੇ ਨੂੰ ਸਮਝ ਨਹੀਂ ਆਉਂਦਾ ਹੁਣ ਉਹ ਆਪਣੀ ਗੱਲ ਲਿਖ ਕੇ ਹੀ ਦੱਸਦੇ ਹਨ ਜਗਜੀਤ ਮਾਸਟਰ ਦੀ ਨੌਕਰੀ ਕਰਦਾ ਹੈ ਤੇ ਉਸਨੇ ਆਪਣੇ ਨਾਲ ਨੌਕਰੀ ਕਰਦੀ ਕੁੜੀ ਨਾਲ ਵਿਆਹ ਕਰਵਾਇਆ ਹੈ ਜਿੰਨੀ ਦੇਰ ਜਗਜੀਤ ਦੀ ਮਾਂ ਜਿਉਂਦੀ ਸੀ ਮੰਝੇ ਤੇ ਪਏ ਜਗਜੀਤ ਦੇ ਪਿਓ ਦੀ ਸੇਵਾ ਕਰਦੀ ਰਹੀ ਸੀ ਪਰ ਮਾਂ ਦੇ ਤੁਰ ਜਾਣ ਤੋਂ ਬਾਅਦ ਉਸ ਦੀ ਦੇਖਭਾਲ ਦਾ ਕੰਮ ਔਖਾ ਹੋ ਗਿਆ ਸੀ ਵੈਸੇ ਤਾਂ ਜਗਜੀਤ ਨੇ ਪੱਕਾ ਬੰਦਾ ਰੱਖਿਆ ਹੋਇਆ ਆਪਣੇ ਪਿਓ ਦੀ ਦੇਖਭਾਲ ਲਈ ਉਸਦੇ ਕਮਰੇ ਵਿੱਚ ਟੈਲੀਵਿਜ਼ਨ ਵੀ ਲਗਾਇਆ ਹੋਇਆ ਹੈ ਪਰ ਉਹ ਦੌੜ ਭੱਜ ਵਾਲੀ ਜ਼ਿੰਦਗੀ ਵਿੱਚੋਂ ਆਪਣੇ ਪਿਓ ਲਈ ਆਪ ਸਮਾਂ ਨਹੀਂ ਕੱਢ ਪਾਇਆ ਸੀ ਤੇ ਅੱਜ ਜਗਜੀਤ ਦੇ ਪਿਓ ਨੇ ਜਗਜੀਤ ਨੂੰ ਲਿਖ ਕੇ ਦਿੱਤਾ ਹੈ ਜਗਜੀਤ ਪੁੱਤ ਮੈਨੂੰ ਪਤਾ ਹੈ ਤੇਰੀ ਤੇ ਨੂ ਰਾਣੀ ਦੀ ਜ਼ਿੰਦਗੀ ਬਹੁਤ ਭੱਜਣਾ ਅਠ ਵਾਲੀ ਹੈ ਸਾਰਾ ਦਿਨ ਸਕੂਲ ਪੜਾ ਕੇ ਆਉਣਾ ਫਿਰ ਘਰ ਆ ਕੇ ਆਪਣੇ ਜਵਾਬ ਪੜਾਉਣੇ ਘਰ ਦਾ ਖੇਤਾਂ ਦਾ ਕੰਮਕਾਰ ਸਭ ਤੁਹਾਨੂੰ ਹੀ ਦੇਖਣਾ ਪੈਂਦਾ ਹੈ ਪਰ ਪੁੱਤ ਇਸ ਸਭ ਭਜਨ ਅਠ ਵਿੱਚ ਆਪਣਾ ਰਿਸ਼ਤਾ ਤਾਂ ਜਿਵੇਂ ਖਤਮ ਹੀ ਹੋ ਗਿਆ ਹੈ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਕੋਈ ਤਕਲੀਫ ਹੈ ਨਾ ਹੀ ਮੈਨੂੰ ਤੇਰੇ ਨਾਲ ਕੋਈ ਸ਼ਿਕਾਇਤ ਹੈ ਪਰ ਜ਼ਿੰਦਗੀ ਵਿੱਚ ਹੁਣ ਕੋਈ ਰਸ ਵੀ ਨਹੀਂ ਰਿਹਾ ਥੱਕ ਗਿਆ ਹਾਂ ਮੈਂ ਮੇਰੇ ਇਕੱਲੇਪਨ ਤੋਂ ਬਸ ਹੁਣ ਹੋਰ ਨਹੀਂ ਆ ਜਦੋਂ ਦੀ ਕੋਰੋਨਾ ਵਾਇਰਸ ਦੀ ਬਿਮਾਰੀ ਫੈਲੀ ਹੈ ਮੈਂ ਨਾ ਡਰ ਗਿਆ ਹਾਂ ਮੈਂ ਮਰਨ ਤੋਂ ਨਹੀਂ ਡਰਿਆ ਮੈਂ ਤਾਂ ਇਹ ਦੇਖ ਕੇ ਡਰ ਗਿਆ ਹਾਂ ਕਿ ਕੋਰੋਨਾ ਵਾਇਰਸ ਨਾਲ ਮਰੇ ਲੋਕਾਂ ਦੀ ਤਾਂ ਕੋਈ লাশ ਵੀ ਲੈਣ ਨਹੀਂ ਆਉਂਦਾ ਭਾਵੇਂ ਆਪਣੇ ਵਿੱਚ ਹੁਣ ਉਹ ਪਹਿਲਾਂ ਜਿਹਹਾ ਮੋਹ ਨਹੀਂ ਰਿਹਾ ਮੈਨੂੰ ਕਈ ਦਿਨ ਲੰਘ ਜਾਂਦੇ ਨੇ ਤੈਨੂੰ ਦੇਖਿਆ ਪਰ ਮੈਂ ਨਹੀਂ ਚਾਹੁੰਦਾ ਕਿ ਹੁਣ ਜਦੋਂ ਮੈਂ ਮਰਾਂ ਤਾਂ ਆਪਣੇ ਵਿੱਚ ਆਖਰੀ ਰਸਮਾਂ ਵੀ ਨਾ ਹੋਣ ਮੈਂ ਚਾਹੁੰਦਾ ਹਾਂ ਕਿ ਮੇਰੀ ਆਖਰੀ ਰਸਮਾਂ ਤੂੰ ਹੀ ਕਰੇ ਤੇ ਮੇਰੀ ਖਫਣ ਤੇ ਤੇਰਾ ਉਹੀ ਇੱਕ ਹੰਝੂ ਗਿਰੇ ਜੋ ਤੂੰ ਬਚਪਨ ਵਿੱਚ ਮੇਰੀ ਮੌਤ ਦੀ ਗੱਲ ਸੁਣ ਕੇ ਮੇਰੀ ਗੋਦੀ ਚੜਦੇ ਹੋਏ ਨੇ ਸੁੱਟੇ ਸੀ ਇਸ ਲਈ ਪੁੱਤ ਮੈਂ ਕਰੋਨਾ ਨਾਲ ਨਹੀਂ ਮਰਨਾ ਚਾਹੁੰਦਾ ਮੈਂ ਚਾਹੁੰਦਾ ਹਾਂ ਕਿ ਮੈਨੂੰ ਸੁਧਾਰਨ ਮੌਤ ਆ ਜਾਵੇ ਜਦ ਤੱਕ ਤੈਨੂੰ ਇਹ ਕਾਗਜ਼ ਦਾ ਟੁਕੜਾ ਮਿਲੇਗਾ ਮੈਂ ਤੁਹਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਚੁੱਕਾ ਹੋਵਾਂਗਾ ਮੈਂ ਆਪ ਆਪਣੀ ਜਾਨ ਬਾਪੂ ਜੀ ਕਹਿ ਦਿਓ ਇਹ ਝੂਠ ਹੈ ਕਹਿ ਦਿਓ ਇਹ ਝੂਠ ਹੈ ਖੇਤ ਤੋਂ ਘਰ ਨੂੰ ਭੱਜਦੇ ਆਉਂਦੇ ਜਗਜੀਤ ਦੇ ਸਾਹ ਨਾਲ ਸਾਹ ਨਹੀਂ ਮਿਲ ਰਹੇ ਆਹ ਰ ਪਹੁੰਚਿਆ ਤੇ ਦੇਖ ਕੇ ਹੈਰਾਨ ਰਹਿ ਗਿਆ ਰੂਹ ਦਾ ਪਰਿੰਦਾ ਸੱਚੀ ਉਡਾਰੀ ਮਾਰ ਗਿਆ ਸੀ ਬਾਪੂ ਨਾਲ ਲਿਫਟ ਦੇ ਜਗਜੀਤ ਨੇ ਰੋ ਰੋ ਕੇ ਬਾਪੂ ਦਾ ਸਾਰਾ ਕੁੜਤਾ ਪਿਓ ਦਿੱਤਾ ਹੈ ਬਾਪੂ ਜੀ ਬਾਪੂ ਜੀ ਸਮਾਪਤ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰੋ ਤੁਹਾਡਾ ਧੰਨਵਾਦ